ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਡਾਕਟਰ ਹਿਮਾਂਤੀ ਪੀ ਸਿੰਘ, ਕੰਸਲਟੈਂਟ ਗਾਇਨਕੋਲੋਜੀ ਇਨ ਅਮਨਦੀਪ ਕਮਲ ਹੋਸਪਿਟਲ ਤਰਨ ਤਾਰਨ, ਅੱਜ ਤੁਹਾਡੀ ਸਾਰਿਆਂ ਨਾਲ ਰੂਬਰੂ ਹੋਈ ਹਾਂ ਇੱਕ ਇਹੋ ਜਿਹੀ ਪ੍ਰੋਬਲਮ ਡਿਸਕਸ ਕਰਨ ਲਈ ਜੋ ਅੱਜ ਕੱਲ੍ਹ ਬਹੁਤ ਕਾਮਨਲੀ ਦਿਖਦੀ ਹੈ, ਉਹ ਹੈਗੀ ਹੈ ਕਿ ਬਲੀਡਿੰਗ ਹੋਣਾ ਪ੍ਰੈਗਨੈਂਸੀ ਦੇ ਦੌਰਾਨ। ਇਹ ਆਪਾਂ ਨੂੰ ਸਾਰਿਆਂ ਨੂੰ ਇੱਕ ਚੀਜ਼ ਬਹੁਤ ਕਲੀਅਰ ਹੋਣੀ ਚਾਹੀਦੀ ਹੈ ਕਿ ਪ੍ਰੈਗਨੈਂਸੀ 'ਚ ਕਦੇ ਵੀ ਬਲੀਡਿੰਗ ਹੋਣਾ ਨੋਰਮਲ ਨਹੀਂ ਹੁੰਦਾ। ਇਹ ਬਲੀਡਿੰਗ ਸ਼ੁਰੂ ਦੇ 3 ਮਹੀਨੇ 'ਚ ਹੋ ਸਕਦੀ ਹੈ, ਉਹ ਤੋਂ ਬਾਅਦ ਵੀ ਹੋ ਸਕਦੀ ਹੈ, ਕਿਸੇ ਵੀ ਟਾਈਮ ਪ੍ਰੈਗਨੈਂਸੀ ਵਿੱਚ ਬਲੀਡਿੰਗ ਹੋ ਸਕਦੀ ਹੈ, ਬਟ ਹਰ ਟਾਈਮ 'ਤੇ ਬਲੀਡਿੰਗ ਹੋਣ ਦੇ ਕਾਰਨ ਵੱਖਰੇ ਵੱਖਰੇ ਹੁੰਦੇ ਆ। ਜੇ ਕਿਸੇ ਔਰਤ ਨੂੰ ਪਹਿਲੇ 3 ਮਹੀਨੇ ਦੇ ਵਿੱਚ ਬਲੀਡਿੰਗ ਹੋ ਜਾਏ, ਉਹਦੇ ਅਕਸਰ ਜੋ ਮੋਸਟ ਕਾਮਨ, ਜੋ ਸਭ ਤੋਂ ਜ਼ਿਆਦਾ ਕਾਮਨ ਕਾਰਨ ਹੈ, ਉਹ ਹੁੰਦਾ ਹੈ ਕਿ ਜਦ ਬੱਚੇ ਦੀ ਗਰੋਥ ਨਾ ਹੋਣਾ ਜਾਂ ਬੱਚੇ ਦੀ ਧੜਕਣ ਰੁਕ ਜਾਣਾ। ਇਸ ਕਾਰਨ ਦਾ ਜਲਦੀ ਪਤਾ ਲੱਗਣਾ ਅਲਟਰਾਸਾਊਂਡ 'ਤੇ ਬਹੁਤ ਜ਼ਰੂਰੀ ਹੈ, ਤਾਂ ਕਿ ਟਾਈਮਲੀ ਉਸ ਔਰਤ ਦੀ ਅਬੋਰਸ਼ਨ ਕੀਤੀ ਜਾ ਸਕੇ ਐਂਡ ਉਹ ਨੈਕਸਟ ਪ੍ਰੈਗਨੈਂਸੀ ਦਾ ਪਲਾਨ ਕਰ ਸਕੇ। ਉਸ ਤੋਂ ਇਲਾਵਾ ਜਿਹੜੇ ਹੋਰ ਕਾਰਨ ਹੁੰਦੇ ਆ, ਸਮਟਾਈਮਸ ਦਰਦਾਂ ਲੱਗ ਸਕਦੀਆਂ ਹੁੰਦੀਆਂ ਨੇ ਔਰਤ ਨੂੰ, ਜਿਹਦੇ ਕਰਕੇ ਉਹਨੂੰ ਬਲੀਡਿੰਗ ਪੈ ਸਕਦੀ ਹੈ। ਅਤੇ ਦੂਸਰਾ ਕਾਰਨ ਜੋ ਜ਼ਿਆਦਾ ਕਾਮਨ ਨਹੀਂ ਹੈ ਬਟ ਉਹਦੇ ਵਿੱਚ ਵੀ ਬਲੀਡਿੰਗ ਹੋ ਸਕਦੀ ਹੈ, ਉਹ ਇਹ ਹੈ ਕਿ ਜਦ ਟਿਊਬ 'ਚ ਬੱਚਾ ਠਹਿਰ ਜਾਏ। ਸੋ ਇਸ ਕਰਕੇ ਜਦ ਵੀ ਕਿਸੇ ਔਰਤ ਨੂੰ ਬਲੀਡਿੰਗ ਹੁੰਦੀ ਹੈ ਪਹਿਲੇ 3 ਮਹੀਨੇ ਦੇ ਵਿੱਚ, ਆਪਾਂ ਇਹ ਨਹੀਂ ਸੋਚ ਕੇ ਬੈਠ ਜਾਣਾ ਕਿ ਬੱਚਾ ਖਰਾਬ ਹੋ ਗਿਆ ਅਤੇ ਕਿੱਟ ਖਾ ਲਓ। ਕਈ ਵਾਰੀ ਟਿਊਬ 'ਚ ਬੱਚਾ ਠਹਿਰਿਆ ਹੁੰਦਾ ਅਤੇ ਕਿੱਟ ਖਾਣ ਦੇ ਨਾਲ ਮਾਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ, ਜਾਨ ਦੀ ਖਤਰਾ ਵੀ ਹੋ ਜਾਂਦਾ ਹੈ ਕਈ ਵਾਰ। ਇਸ ਦੇ ਲਈ ਸਭ ਤੋਂ ਇੰਪੋਰਟੈਂਟ ਇਹ ਹੈਗਾ ਕਿ ਅਸੀਂ ਜਦ ਵੀ ਪ੍ਰੈਗਨੈਂਸੀ ਸਾਨੂੰ ਪਤਾ ਲੱਗਦਾ ਹੈ ਕਿ ਬੱਚਾ ਠਹਿਰਿਆ, ਉਸੇ ਟਾਈਮ ਕੁਆਲੀਫਾਈਡ ਡਾਕਟਰ ਦੇ ਕੋਲ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਜੋ ਵੀ ਪ੍ਰੋਬਲਮਸ ਨੇ, ਕਈ ਵਾਰੀ ਕੁਛ ਔਰਤਾਂ ਨੂੰ ਥੋੜ੍ਹੀ ਥੋੜ੍ਹੀ ਦੇਰ ਬਾਅਦ ਹਰ ਪ੍ਰੈਗਨੈਂਸੀ ਦੇ ਵਿੱਚ ਬੱਚਾ ਖਰਾਬ ਹੋ ਜਾਂਦਾ, ਇਹ ਜੇ ਪ੍ਰੋਬਲਮ ਟਾਈਮ ਸਿਰ ਡਿਟੈਕਟ ਹੋ ਜਾਏ, ਪਹਿਲਾਂ ਪਤਾ ਲੱਗ ਜਾਏ ਅਲਟਰਾਸਾਊਂਡ 'ਤੇ, ਤਾਂ ਉਹਦੀ ਟ੍ਰੀਟਮੈਂਟ ਵੀ ਹੋ ਸਕਦੀ ਹੈ। ਬੱਚਾ ਜੇ ਸਾਨੂੰ ਲੱਗਦਾ ਹੈ ਕਿ ਔਲ ਨਹੀਂ ਬਣ ਰਹੀ ਹੈ ਪ੍ਰੋਪਰ, ਤਾਂ ਉਹਦੇ ਵਿੱਚ ਮੈਡੀਸਨ ਦੀ ਜ਼ਰੂਰਤ ਹੈ, ਅਸੀਂ ਇੰਜੈਕਸ਼ਨ ਦੇ ਰਾਹੀਂ ਉਸ ਪ੍ਰੈਗਨੈਂਸੀ ਨੂੰ ਸੇਵ ਵੀ ਕਰ ਸਕਦੇ ਹੁੰਦੇ ਹਾਂ। ਕਈ ਵਾਰੀ ਔਰਤ ਨੂੰ ਪਹਿਲੇ 3 ਮਹੀਨੇ ਬਿਲਕੁਲ ਠੀਕ ਰਹਿੰਦੀ ਹੈ, 4th ਮਹੀਨੇ ਤੋਂ ਬਾਅਦ ਬਲੀਡਿੰਗ ਪੈਣੀ ਸ਼ੁਰੂ ਹੋ ਜਾਂਦੀ ਹੈ। ਉਹਦਾ ਸਭ ਤੋਂ ਜ਼ਿਆਦਾ ਕਾਮਨ ਜਿਹੜਾ ਕਾਰਨ ਹੈ, ਉਹ ਹੁੰਦਾ ਹੈ ਔਲ ਨੀਚੇ ਹੋਣਾ, ਜਿਹਨੂੰ ਇੰਗਲਿਸ਼ ਦੇ ਵਿੱਚ ਅਸੀਂ ਪਲੇਸੈਂਟਾ ਪ੍ਰੀਵੀਆ ਕਹਿੰਦੇ ਹਾਂ। ਇਹਦੀ ਜਿਹੜੀ ਬਲੀਡਿੰਗ ਹੁੰਦੀ ਹੈ, ਇਹਦਾ ਇੱਕ ਪੈਟਰਨ ਹੁੰਦਾ ਹੈ, ਫਿਕਸਡ ਪੈਟਰਨ। ਅਕਸਰ ਔਰਤ ਜਾਂ ਤਾਂ ਸੁੱਤੀ ਹੁੰਦੀ ਹੈ ਜਾਂ ਆਪਣੇ ਰੂਟੀਨ ਕੰਮ ਕਰ ਰਹੀ ਹੁੰਦੀ ਹੈ ਜਦੋਂ ਬਲੀਡਿੰਗ ਪਏਗੀ। ਦੂਸਰਾ, ਬਿਲਕੁਲ ਰੈੱਡ ਕਲਰ ਦੀ ਜਿੱਦਾਂ ਫਰੈਸ਼ ਬਲੀਡਿੰਗ ਹੁੰਦੀ ਹੈ, ਉਸ ਤਰ੍ਹਾਂ ਦੀ ਬਲੀਡਿੰਗ ਹੋਏਗੀ ਔਰ ਇੰਨੀ ਜ਼ਿਆਦਾ ਪਏਗੀ ਕਿ ਉਹਨਾਂ ਦੇ ਪੂਰੇ ਕੱਪੜੇ ਭਿੱਜ ਜਾਣਗੇ, ਜੇ ਸੁੱਤੇ ਹੋਣਗੇ ਤਾਂ ਪੂਰਾ ਬੈੱਡ ਭਰ ਜਾਏਗਾ। ਇੱਕਦਮ ਇੱਕ ਸਾਰ 'ਤੇ ਬਿਨਾਂ ਦਰਦ ਤੋਂ ਬਲੀਡਿੰਗ ਹੁੰਦੀ ਹੈ ਪਲੇਸੈਂਟਾ ਪ੍ਰੀਵੀਆ ਦੇ ਵਿੱਚ। ਜੇ ਕਿਸੇ ਔਰਤ ਨੂੰ ਅਲਟਰਾਸਾਊਂਡ 'ਤੇ ਪਤਾ ਹੋਵੇ ਕਿ ਉਹਦੀ ਔਲ ਨੀਵੀਂ ਹੈ ਅਤੇ ਇਸ ਤਰ੍ਹਾਂ ਦੀ ਬਲੀਡਿੰਗ ਪਵੇ, ਇਹਦਾ ਮਤਲਬ ਹੈ ਉਹਨੂੰ ਇਮੀਡੀਏਟਲੀ ਹੋਸਪਿਟਲ ਜਾਣਾ ਪਏਗਾ, ਬਿਕੋਜ਼ ਜੇ ਉਹ ਹੋਸਪਿਟਲ ਨਹੀਂ ਜਾਣਗੇ ਤਾਂ ਜੱਚਾ ਬੱਚਾ ਦੋਨਾਂ ਨੂੰ ਖਤਰਾ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਲੇਡੀਜ਼ ਆਪਣਾ ਅਲਟਰਾਸਾਊਂਡ ਟਾਈਮ ਸਿਰ ਨਹੀਂ ਕਰਾਉਂਦੀਆਂ ਨੇ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਔਲ ਨੀਵੀਂ ਹੈ। ਇਸ ਟਾਈਮ ਦੇ ਉੱਤੇ ਜੇ ਕਦੇ ਇਸ ਤਰ੍ਹਾਂ ਦੀ ਬਲੀਡਿੰਗ ਹੋਵੇ, ਕੋਈ ਉਹ ਭਾਰਾ ਕੰਮ ਕਰ ਲੈਣ ਤਾਂ ਬਲੀਡਿੰਗ ਪੈ ਸਕਦੀ ਹੈ। ਕਦੇ ਕਈ ਵਾਰੀ ਔਰਤ ਬਾਥਰੂਮ ਹੀ ਗਈ ਹੁੰਦੀ ਹੈ ਅਤੇ ਉਹ ਬਲੀਡਿੰਗ ਦੇ ਨਾਲ ਡਿੱਗ ਜਾਂਦੀ ਹੈ ਅਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਹੋਇਆ। ਇੱਦਾਂ ਦੇ ਇੰਸੀਡੈਂਸਿਸ ਵੀ ਸਾਹਮਣੇ ਆਉਂਦੇ। ਇਸ ਕਰਕੇ ਟਾਈਮਲੀ ਅਲਟਰਾਸਾਊਂਡ ਅਤੇ ਟਾਈਮਲੀ ਡਾਕਟਰ ਕੋਲ ਜਾਣਾ ਬਹੁਤ ਜ਼ਰੂਰੀ ਹੈ। ਇੱਕ ਹੋਰ ਬੜਾ ਕਾਮਨ ਰੀਜ਼ਨ ਹੈ ਬਲੀਡਿੰਗ ਪੈਣ ਦਾ, ਉਹ ਹੈ ਕਿ ਪ੍ਰੈਗਨੈਂਸੀ ਦੇ ਵਿੱਚ BP ਵਧਣਾ। ਅਕਸਰ ਔਰਤ ਨੂੰ ਪਹਿਲੇ ਕੁਛ ਮਹੀਨੇ BP ਵਧਣ ਦੇ ਨਾਲ ਕੋਈ ਸਿਮਟਮਸ ਨਹੀਂ ਆਉਂਦੇ, ਉਹਨੂੰ ਪਤਾ ਹੀ ਨਹੀਂ ਹੁੰਦਾ ਉਹਦਾ BP ਵਧਦਾ, ਉਹ ਡਾਕਟਰ ਨੂੰ ਪਤਾ ਲੱਗੇਗਾ ਜਦ ਅਸੀਂ ਚੈੱਕ ਕਰਾਂਗੇ। ਇਸੇ ਕਰਕੇ ਜਦ ਵੀ ਸਾਡੇ ਕੋਲ ਔਰਤ ਆਉਂਦੀ ਹੈ, ਅਸੀਂ ਉਹਦਾ BP ਹਰ ਵਾਰ ਚੈੱਕ ਕਰਦੇ ਹਾਂ। ਇਸੇ ਕਰਕੇ ਚੈੱਕ ਕਰਦਾ ਤਾਂ ਕਿ ਟਾਈਮਲੀ ਪਤਾ ਲੱਗ ਜਾਏ ਅਤੇ ਮੈਡੀਸਨ ਸ਼ੁਰੂ ਕਰ ਦਿਓ, ਕਿਉਂਕਿ ਜਦ BP ਵੱਧਦਾ ਔਲ ਦੇ ਉੱਤੇ ਖਤਰਾ ਹੁੰਦਾ, ਔਲ ਫਟਣ ਦਾ ਰਿਸਕ ਹੁੰਦਾ। ਇੱਕ ਵਾਰ ਜੇ ਔਲ ਫਟ ਜਾਏ, ਇੱਕ ਡਾਕਟਰ ਲਈ ਬੱਚੇ ਨੂੰ ਬਚਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ। ਉਸ ਤੋਂ ਪਹਿਲਾਂ ਹੀ ਆਪਾਂ ਨੂੰ BP ਦੀ ਟ੍ਰੀਟਮੈਂਟ ਕਰਨੀ ਚਾਹੀਦੀ ਹੈ ਤਾਂ ਕਿ ਜੱਚਾ ਬੱਚਾ ਦੋਨੋਂ ਸੇਫ ਰਹਿ। ਦੂਸਰਾ, ਦੋਨੋਂ ਟਾਈਪ ਦੀ ਜਿਹੜੀ ਬਲੀਡਿੰਗ ਹੁੰਦੀ ਹੈ, ਚਾਹੇ ਔਲ ਨੀਵੇਂ ਹੋਣ ਦੇ ਨਾਲ ਚਾਹੇ ਔਲ ਫਟਣ ਦੇ ਨਾਲ, ਇੱਕ ਬਹੁਤ ਹੀ ਸੀਰੀਅਸ ਕੰਡੀਸ਼ਨ ਹੁੰਦੀ ਹੈ। ਤੁਹਾਡੇ ਸ਼ਹਿਰ ਤਰਨ ਤਾਰਨ ਦੇ ਵਿੱਚ ਅਮਨਦੀਪ ਕਮਲ ਹੋਸਪਿਟਲ ਦੇ ਵਿੱਚ ਇਹ ਸਾਰੀ ਸਹੂਲਤਾਂ ਨੇ ਇਹ ਦੋਨੋਂ ਟਾਈਪ ਦੀਆਂ ਪ੍ਰੈਗਨੈਂਸੀ ਨੂੰ ਡੀਲ ਕਰਨ ਦੀ।
ਇਹਨਾਂ ਦੋਨੋਂ ਪ੍ਰੈਗਨੈਂਸੀ ਦੇ ਵਿੱਚ ਅਕਸਰ ਓਪਰੇਸ਼ਨ ਕਰਨ ਦੀ ਜ਼ਰੂਰਤ ਪੈਂਦੀ ਹੈ, ਛੋਟੇ ਬੱਚੇ 'ਤੇ ਹੀ ਟਾਈਮ ਤੋਂ ਪਹਿਲਾਂ ਹੀ ਓਪਰੇਸ਼ਨ ਕਰਨ ਦੀ ਜ਼ਰੂਰਤ ਪੈ ਸਕਦੀ ਹੁੰਦੀ ਹੈ ਅਤੇ ਖੂਨ ਦੀ ਵੀ ਜ਼ਰੂਰਤ ਪੈਂਦੀ ਹੈ। ਸਾਡੇ ਕੋਲ ਪੀਡੀਟ੍ਰੀਸ਼ੀਅਨ ਦੀ ਅਵੇਲੇਬਿਲਿਟੀ ਹੈਗੀ ਹੈ, ਅਸੀਂ ਛੋਟੇ ਬੱਚਿਆਂ ਨੂੰ ਵੀ ਹੈਂਡਲ ਕਰ ਲੈਂਦੇ ਹਾਂ। ਦੂਸਰਾ, ਜੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ, ਸਾਡੇ ਕੋਲ ਅੰਮ੍ਰਿਤਸਰ ਤੋਂ ਮੇਨ ਟੀਮ ਦਾ ਵੀ ਫੁੱਲ ਸਪੋਰਟ ਰਹਿੰਦਾ ਹੈ। 24 ਘੰਟੇ ਡਾਕਟਰ ਹੋਣ ਦੇ ਨਾਲ ਇਸ ਪ੍ਰੋਬਲਮ ਦਾ ਅਸੀਂ ਪ੍ਰੋਪਰ ਹੱਲ ਕਰ ਸਕਦੇ ਹਾਂ, ਕਿਉਂਕਿ ਟਾਈਮ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਸ ਪ੍ਰੋਬਲਮ ਦੇ ਵਿੱਚ। ਜੇ ਟਾਈਮ ਸਿਰ ਮਾਂ ਅਤੇ ਬੱਚੇ ਨੂੰ ਨਾ ਠੀਕ ਕੀਤਾ ਜਾਵੇ ਤਾਂ ਬੱਚਾ ਤਾਂ ਆਪਣਾ ਜਾਨ ਤੋਂ ਹੱਥ ਖੋਲਦਾ ਹੀ ਹੈ, ਮਾਂ ਦੇ ਜਾਨ ਨੂੰ ਵੀ ਖਤਰਾ ਹੁੰਦਾ ਹੈ। ਇਸ ਕਰਕੇ 24 ਘੰਟੇ ਡਾਕਟਰ ਦਾ ਸਪੋਰਟ ਦੇ ਨਾਲ ਅਸੀਂ ਤਰਨ ਤਾਰਨ ਦੇ ਵਿੱਚ ਵੀ ਇਹਨਾਂ ਪ੍ਰੋਬਲਮਸ ਨੂੰ ਡੀਲ ਕਰ ਸਕਦੇ ਹਾਂ। ਅੰਤ 'ਤੇ ਮੈਂ ਇੱਕ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ, ਜਿੰਨੀ ਵੀ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ, ਕਿ ਪ੍ਰੈਗਨੈਂਸੀ ਦੇ ਹਰ ਇੱਕ ਚੈੱਕਅਪ ਇੱਕ ਕੁਆਲੀਫਾਈਡ ਡਾਕਟਰ ਤੋਂ ਹੋਣੇ ਚਾਹੀਦੇ ਆ, ਇੱਕ ਅੱਛੇ ਸੈਂਟਰ 'ਤੇ ਹੋਣੇ ਚਾਹੀਦੇ ਆ। ਬਿਕੋਜ਼ ਇਹ ਪ੍ਰੋਬਲਮਸ ਦਾ ਐਂਡ ਦੇ ਉੱਤੇ, ਜਿਹਨੂੰ ਕਹਿੰਦੇ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਉਹ ਇਸੇ ਕਰਕੇ ਕਹਿੰਦੇ ਆ ਕਿ ਜਦੋਂ ਹਰ ਵਾਰੀ ਆ ਕੇ ਆਪਣਾ ਚੈੱਕਅਪ ਕਰਾਉਣਗੇ, ਉਹਨਾਂ ਦੀ ਪ੍ਰੋਬਲਮ ਪ੍ਰੀਵੈਂਟ ਹੋ ਸਕਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਟਾਈਮਲੀ ਤੁਸੀਂ ਡਾਕਟਰ ਦੇ ਕੋਲ ਪਹੁੰਚੋ, ਹਰ ਚੈੱਕਅਪ ਕੁਆਲੀਫਾਈਡ ਡਾਕਟਰ ਦੇ ਕੋਲ ਕਰਾਓ, ਤਾਂ ਕਿ ਇਹ ਪ੍ਰੋਬਲਮ ਦੇ ਵਿੱਚ ਨਾ ਲੈਂਡ ਹੋ। ਥੈਂਕ ਯੂ।